ਅੰਦਰੋਂ ਜੁੜੀਆਂ ਹੋਈਆਂ ਭੈਣਾਂ ਹੁੰਦੀਆਂ ਨੇ, ਅੰਦਰੋਂ ਬਾਹਰੋਂ ਨਹੀਂ, ਅੰਦਰੋਂ। ਨੋਟ ਕਰਿਓ, ਅੱਜ ਸਾਡੀ ਸਿੱਖੀ ਵਿਖਾਵੇ ਦੀ ਜ਼ਿਆਦਾ, ਅੰਦਰੋਂ ਘੱਟ ਹੈ। ਉਹ ਭੈਣਾਂ ਆਪਣੇ ਬੱਚਿਆਂ ਦੇ ਬੈਠ ਚੁੱਕਦੀਆਂ ਨੇ, ਪਰਿਵਾਰ ਦੇ ਬੈਠ ਚੁੱਕਦੀਆਂ ਨੇ, ਅਸਲ ਕੁੰਡੇ ਲਵਾਉਂਦੀਆਂ ਨੇ, ਤੇ ਫਿਰ ਬੱਚੇ ਪੁੱਛਦੇ ਆ, ਮਾਂ ਸਾਰਾ ਸਾਲ ਬੈਠਦੇ ਪਏ ਆ, ਅੱਜ ਬਹੁਤ ਹੀ ਸੰਗਰਾਂਦ ਆਈ, ਅਸਲ ਕੁੰਜੇ ਕਿਉਂ ਲਵਾਏ, ਬੇਟੀ ਕੋਲ ਚੁੱਕੇ, ਤੇ ਫਿਰ ਸਿੱਖੀ ਨਾਲ ਜੁੜੀ ਮਾਂ ਆਖਦੀ ਹੈ, ਪੁੱਤ ਇਹ ਉਹ ਮਹੀਨਾ ਹੈ ਜਿਸ ਮਹੀਨੇ ਚ ਕਲੀਆਂ ਵਾਲੇ ਪਾਤਸ਼ਾਹ ਦਾ ਪਰਿਵਾਰ ਕੁੰਜੇ ਸੁੱਤਾ ਸੀ। ਤਾਂ ਜਾ ਕੇ ਸਿੱਖੀ ਬੱਚਿਆਂ ਦੇ ਮਨ ਤੇ ਅਸਰ ਕਰਦੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮੈਂ ਕੱਲ੍ਹ ਨੂੰ ਅੱਗੇ ਤੋਰਾਂ ਥੋੜ੍ਹਾ ਜਿਹਾ ਸੰਕੋਚਣ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਖਸ਼ ਕੀਤਾ ਨਾਰਾ ਬੁਲੰਦ ਕੀਤਾ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਣਦਿਆ ਸਾਧ ਸੁਬਾ ਸੰਗ ਲੋਹੇ ਤੋਂ ਲਾਖਾ ਹੋ ਗਿਆ, ਅਖਲਗਾਓ ਅੱਖਾਂ ਖੋਲ ਕੇ ਦੇਖੋ, ਤੁਸੀਂ ਇਸ ਵੇਲੇ ਅਨੰਦਪੁਰ ਦੀ ਧਰਤੀ ਤੇ ਨਹੀਂ ਘੁੰਮਦੇ ਜਿੱਥੇ ਚਕਾਰੇ ਛੱਡਦੇ ਹੋ, ਤੁਸੀਂ ਇਸ ਵੇਲੇ ਸੁਬਾ ਸੰਗੀ ਅਦਾਲਤ ਖੜੇ ਹੋ ਜਿੱਥੇ ਬੰਦੇ ਦੀ ਹਵਾ ਵੀ ਅੱਲਾਹ ਉੱਪਰ ਜਾ ਕੇ ਆਉਂਦੀ ਹੈ, ਤੁਹਾਡੀ ਚੁੱਪ ਕਮੇਟੀ ਇੱਥੇ ਚਕਾਰਾ ਛੱਡਣ ਦੀ। ਸੱਤ ਵਰਿਆਂ ਦੀ ਉਮਰ ਹੈ, ਭੈਣ ਛੋਟੇ ਕਾਲੇ ਹੁੰਦੇ ਆ। ਬਾਬਾ ਫਤਿਹ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਕੰਨੀ ਆਵਾਜ਼ ਵਿੱਚ ਅੱਖ ਲੱਗੇ, ਓਏ ਸੁਬਿਆ ਓਏ ਅੱਖਾਂ ਖੋਲ ਕੇ ਦੇਖਾ, ਤੇਰਾ ਆਵਾਜ਼ ਕਿਤਨਾ ਨਾਲ ਨਹੀਂ, ਤੇਰਾ ਆਵਾਜ਼ ਕੰਨ ਕੇ ਮੇਰੇ ਪਾਤਸ਼ਾਹ ਦੇ ਸ਼ੇਰਾਂ ਨਾਲ ਪੈਣਾ। ਸੂਬੇ ਨੇ ਆਪਣੇ ਆਪ ਨੂੰ ਬੋਲ ਕੀਤਾ, ਬਦਲਿਆ, ਗੁੱਸਾ ਨਾ ਕਰਿਓ, ਇਹ ਸਿਆਸੀ ਬੰਦੇ ਬਦਲਦੇ ਬੜੀ ਛੇਤੀ ਹੁੰਦੇ ਆ। ਇਹਨਾਂ ਦੀ ਨੀਲੀ ਪੱਗ ਚਿੱਟੀ ਪੱਗ ਅਲਮਾਰੀ ਚ ਬੰਨ ਕੇ ਰੱਖੀ ਹੁੰਦੀ ਆ, ਪਤਾ ਨੀ ਕੱਲ ਨੂੰ ਚਿੱਟੀ ਦੀ ਲੋੜ ਪੈ ਜਾਣੀ ਆ ਕਿ ਨੀਲੀ ਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆ ਵੋਟਾਂ ਆ ਰਹੀਆਂ ਨੇ, ਆਪਾਂ ਲੜ ਕੇ ਮੰਗਾ ਇੱਕ ਦੂਜੇ ਨੂੰ, ਓਏ ਸਾਡੇ ਕੋਲ ਕਾਲੀ ਆ, ਅਸੀਂ ਕਾਂਗਰਸੀ ਆ, ਉਮਰ ਲੰਘੀ ਸਾਡੀ, ਅਸੀਂ ਇਹਨਾਂ ਦੇ ਘਰੋਂ ਲੱਸੀ ਨਹੀਂ ਮੰਗੀ, ਤੇ ਕਾਲੀ ਕਹਿ ਰਹੀ ਹੋ ਸਾਡੇ ਗੁਆਂਢ ਕਾਂਗਰਸੀ ਆ, ਭੁੱਖੇ ਮਰ ਜਾਈਏ, ਅਸੀਂ ਕਦੀ ਦਾਲ ਦੀ ਕੌਲੀ ਨਹੀਂ ਮੰਗੀ ਇਹਨਾਂ ਦੇ ਕੋਲ, ਅਸੀਂ ਮੰਗੀ ਨਹੀਂ ਗਏ ਇਹਨਾਂ ਦੇ। ਤੇ ਕੈਪਟਨ ਦੇ ਬਾਦਲ ਇਹ ਰਾਤ ਨੂੰ ਇੱਕ ਦੂਜੇ ਨੂੰ ਫੋਨ ਕਰਕੇ ਸੌਂਦੇ ਆ, ਸਵੇਰ ਨੂੰ ਆਪਾਂ ਲੋਕਾਂ ਨੂੰ ਕਮਰੇ ਕਿਵੇਂ ਬਣਾਉਣਾ। ਆਖੋ ਸਤਨਾਮ ਸ੍ਰੀ ਵਾਹਿ, ਸੱਚ ਕਹਿ ਤਾਂ ਕਹਿ ਪਾ ਰਹੇ। ਹੁਣ ਧਿਆਨ ਦੇਣਾ, ਅੱਗੇ ਤੁਸੀਂ ਬਾਣੀ ਪੜ੍ਹਦੇ ਹੋ, ਹੁਣ ਕੁਰਾਨ ਪੜ੍ਹ ਲੈਣੀ, ਅੱਗੇ ਤੁਸੀਂ ਵਾਹਿਗੁਰੂ ਆਖਦੇ ਹੋ ਕਹਿ ਦੇਣਾ। ਨੌ ਵਰਿਆਂ ਦੀ ਉਮਰ ਹੈ, ਨੌ ਵਰਿਆਂ ਬਾਬਾ ਜੋਰਾਵਰ ਸਿੰਘ, ਬਾਬਾ ਜੋਰਾਵਰ ਸਿੰਘ ਆਖਣ ਲੱਗੇ ਹੋ ਸ਼ਿਵਾ ਸ਼ਰਨ, ਸੱਜਣਾ ਜੇ ਸਾਡੀ ਬਾਣੀ ਪੁਕਾਰ ਪਾ ਕੇ ਆਖਦੀ ਹੈ ਇਹ ਇਨਸਾਨ ਮੰਦਿਰ ਵਿੱਚ ਆ, ਇਹ ਇਨਸਾਨ ਗੁਰਦੁਆਰੇ ਚ ਆ, ਉੱਥੇ ਸਾਡੀ ਬਾਣੀ ਹੀ ਪੁਕਾਰ ਕਰਕੇ ਕਹਿੰਦੀ ਹੈ, ਫਰੀਦਾ ਬੇਨ ਬਾਜਾ ਕੁੱਤਿਆ ਇਹਨਾਂ ਪਨੀਰੀ ਕਭੀ ਚਲਨਾ ਆਇਓ ਪੰਜੇ ਵਕਤ ਮਸੀਹ ਅਬਰ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰ ਸੁਣਿਆ ਸਾਡਾ ਇੱਕ ਕੀਤਾ, ਅਸੀਂ ਜਿਸ ਤਰ੍ਹਾਂ ਵਿੱਚ ਪੈਦਾ ਹੁੰਦੇ ਹਾਂ ਆਖਰੀ ਸਵਾਸ ਉਸੇ ਤਰ੍ਹਾਂ ਦੇ ਦਿੰਦੇ ਹਾਂ। ਆਖਣਗਾ ਸਾਹਿਬ ਜਦੋਂ ਬੀਮਾ ਬੜੀਆਂ ਮਾਰਦੇ ਹੋ ਇਹੋ ਜਿਹੇ ਤੁਸੀਂ ਦੇਣੀ ਮੈਂ ਤੁਹਾਨੂੰ, ਤੁਸੀਂ ਡੋਲ ਜਾਣਾ ਡੋਲ। ਬਾਬਾ ਜੋਰਾਵਰ ਸਿੰਘ ਜੀ ਆਖਣ ਲੱਗੇ ਸੁਬਾ ਸਰਾਂ, ਲੱਗਦਾ ਤੁਸੀਂ ਕਿਤੇ ਹੱਥੋਂ ਰਾਕਮ ਨਹੀਂ, ਤੁਸੀਂ ਕਹਾਣੀਆਂ ਪੜੀਆਂ ਨਹੀਂ, ਓਏ ਗੁਰੂ ਨਾਨਕ ਪਾਤਸ਼ਾਹ ਨੇ ਸਿੱਖੀ ਇਹੋ ਜਿਹਾ ਬੂਟਾ ਲਾਇਆ ਹੈ, ਇਹ ਬੂਟਾ ਤੂਫਾਨ ਮੂਰੇ ਚੁੱਕਦਾ ਨਹੀਂ, ਓਏ ਟੁੱਟ ਜਾਂਦਾ ਹੈ, ਇਹਦੀਆਂ ਟਾਣੀਆਂ ਨਰਖ ਲਾਉਂਦੀਆਂ ਨੇ, ਟੁੱਟ ਕੇ ਡਿੱਗ ਸਕਦੀਆਂ ਨੇ। ਮਾਫ਼ ਕਰਨਾ ਦੁਨੀਆਂ ਦਾ ਮਹਾਨ ਸਮਾਸਪੁਰ ਸ਼ਿਸ਼ਤਰੀ ਲਿਖਦਾ, ਉਹ ਕਹਿੰਦਾ ਨੌਜਵਾਨ ਥੋੜੇ ਸੀਸ ਹੋ ਕੇ ਬੈਠੋ ਮੋਰੇ, ਬਹੁਤ ਬਹੁਤ ਧੰਨਵਾਦ ਜਿਹੜਾ ਜੁੜ ਕੇ ਬੈਠੇ ਹੋ, ਕਿਉਂਕਿ ਤੁਸੀਂ ਬੈਠੇ ਨੀ ਮੇਰੇ ਮੋਰੇ, ਤੇ ਪਲੀਜ਼ ਮੈਨੂੰ ਥੋੜੀ ਜਿਹੀ ਇਸ ਕਰਕੇ ਮੇਰੀ ਬੇਨਤੀ ਨੂੰ ਪ੍ਰਵਾਨ ਕਰਿਓ। ਸਾਰੀਆਂ ਸੰਗਤਾਂ ਬੈਠੀਆਂ ਨੇ, ਹੁਣ ਬੇਨਤੀ ਕਰ ਲੱਗਾ ਤੁਹਾਡੇ ਚਰਨਾਂ 'ਚ ਮੁੱਕੇ ਨਹੀਂ, ਕੋਈ ਵੀ ਸਟੇਜ 'ਤੇ ਮੈਨੂੰ ਮਾਇਆ ਦੇਣ ਦੀ ਨਾ, ਕਾਰਨ
ਸਾਹਿਬਜ਼ਾਦੇ ਦੀਵਾਰ ਵਿੱਚ ਖੜੇ ਹੋਣ ਤੇ ਮੈਂ ਤੁਹਾਡੇ ਕੋਲ ਨੋਟ ਕਰਾਵਾਂ ਮੇਰੀ ਜ਼ਮੀਰ ਇਜਾਜ਼ਤ ਇੱਥੇ ਦੀ ਗੱਲ ਛੱਡਣ ਨਹੀਂ ਤੁਸੀਂ ਵੀਡੀਓ ਦੇਖੀ ਹੋਣੀ ਹੈ ਇੰਗਲੈਂਡ ਅਮਰੀਕਾ ਨਿਊਜ਼ੀਲੈਂਡ ਕੈਨੇਡਾ ਉੱਥੇ ਜਦੋਂ ਇਹ ਪ੍ਰਸੰਗ ਇੱਥੇ ਜਾਂਦਾ ਹੈ ਨਾ ਤੇ ਜਦੋਂ ਮੇਰੇ ਉੱਪਰ ਪੌਂਡਾਂ ਦੇ ਮੀਂਹ ਵਰਦੇ ਹੁੰਦੇ ਨੇ ਦਸਵਾਂ ਦੇ ਮੀਂਹ ਮੈਂ ਉੱਥੇ ਹੱਥ ਜੋੜ ਕੇ ਸੰਤਾਂ ਕੇ ਬੇਨਤੀ ਕਰਦਾ ਨਾ ਨਾ ਭਲੇ ਉਹਨਾਂ ਨੂੰ ਬਹੁਤ ਦਿੱਤਾ ਹੀ ਤੁਸੀਂ ਪੌਂਡਾਂ ਦੇ ਉੱਪਰ ਹੁਣ ਸਿਰ ਤੇ ਸਿਰ ਮੈਨੂੰ ਪਿਆਰ ਦਿਓ ਸਿਰ ਤੇ ਸਿਰ ਦਿੱਤੀ ਦੀ ਇਕਾਗਰਤਾ ਦਿਓ ਨੋਟ ਬੜੇ ਕਮਾਏ ਨੇ ਜ਼ਿੰਦਗੀ ਦੇ ਵਿੱਚ ਪਰ ਆਹ ਜਿਹੜੀ ਘੜੀ ਹੁਣ ਲੰਘਣੀ ਹੈ ਨਾ ਇਸ ਘੜੀ ਨੂੰ ਕਮਾਉਣ ਦਾ ਯਤਨ ਕਰਾਂਗਾ ਇਸ ਘੜੀ ਇਹ ਘੜੀ ਸੁਰੱਖਣੀ ਬਣਦੀ ਹੈ ਜੁੜ ਜਾਈਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੇ ਤੁਹਾਡੇ ਚਰਨਾਂ 'ਚ ਬੇਨਤੀ ਹੈ ਮੇਰੇ ਤੋਂ ਬਾਅਦ ਕਾਦਰੀ ਸਾਹਿਬ ਹੋਰਾਂ ਨੇ ਬੜੇ ਡੂੰਘੇ ਵਿਚਾਰ ਰੱਖਣੇ ਨੇ ਤੇ ਨਾ ਸੋਚਿਓ ਤੁਹਾਡੇ 'ਚੋਂ ਕੋਈ ਇਹ ਢਾਡੀ ਦੇ ਹੱਥਾਂ ਦਾ ਨਾਂ ਹੀ ਨਹੀਂ ਲੈਂਦੇ ਚੱਲੀਏ ਕਰ ਲਓ ਨਹੀਂ ਇਹ ਇਤਿਹਾਸ ਦੀ ਬਰਾਦਰੀ ਹੋਵੇਗੀ ਇਹ ਆਦਰ ਨਹੀਂ ਹੋਵੇਗਾ ਉੱਠ ਕੇ ਜਾਣਾ ਬੈਠੇ ਦਿਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੁਬਾਹ ਖਿਲਾ ਸਾਹਿਬ ਜਾ ਦਿਓ ਡੀਗਾ ਬੜੀਆਂ ਮਾਰ ਦਿਓ ਅੱਜ ਮੈਂ ਨਰਮੀ ਵਰਤੀ ਹੈ ਕੱਲ ਨੂੰ ਸ਼ਕਤੀ ਵਰਤਣੀ ਹੈ ਤਿਆਰ ਹੋ ਕੇ ਆਇਓ ਅੱਜ ਦੂਸਰੀ ਪੇਸ਼ੀ ਮੁਤਫਿਕ ਸ਼ਬਦਾਂ ਦੇ ਵਿੱਚ ਕੁਝ ਕਹਿਣ ਦਾ ਯਤਨ ਕਰ ਰਿਹਾ ਅੱਜ ਸਾਹਿਬਜ਼ਾਦੇ ਉੱਤੇ ਸ਼ਕਤੀ ਅੱਜ ਸਾਹਿਬਜ਼ਾਦੇ ਉੱਤੇ ਸ਼ਕਤੀ ਅਸੀਂ ਬਣਾਰੇ ਕੀ ਕਰਦੇ ਹਾਂ ਮੱਖੀ ਤੇ ਮੱਖੀ ਜ਼ਿਆਦਾ ਮਾਰਦੇ ਆ ਉਹ ਕਿਵੇਂ ਜਿਹੜੀ ਗੱਲ ਮੇਰੇ ਉਸਤਾਦ ਜੀ ਨੇ ਕਹਿਤੀ ਸਾਰੀ ਉਮਰ ਮੈਂ ਉਹਦੇ ਨਾਲ ਲਗਾ ਲੈਣੀ ਹੈ ਕੋਈ ਗ੍ਰੰਥ ਨਹੀਂ ਵਾਚਣਾ ਤੇ ਜਿਹੜੀ ਗੱਲ ਮੈਂ ਕਰ ਗਿਆ ਸਾਰੀ ਉਮਰ ਚੇਲਿਆਂ ਨੇ ਉਹਦੇ ਨਾਲ ਲਗਾ ਦੇਣੀ ਹੈ ਖੋਜ ਨਹੀਂ ਕਰਨੀ ਸਾਡਾ ਇੱਕ ਗ੍ਰੰਥ ਹੈ ਜਿਹਦਾ ਨਾਂ ਹੈ ਕਥਾ ਸੁਤਨ ਕੀ ਉਹਦਾ ਲਿਖਾਰੀ ਹੈ ਭਾਈ ਸਾਹਿਬ ਸੰਨਾ ਸਿੰਘ ਹਜ਼ੂਰੀਆ ਉਹ ਲਿਖਦਾ ਹੈ ਕਿ ਕਚਹਿਰੀ ਦੇ ਬਾਹਰ ਵਾਲੇ ਪਿੱਪਲ ਦਾ ਰੁੱਖ ਹੈ ਉਸ ਪਿੱਪਲ ਦੇ ਰੁੱਖ ਨਾਲ 7 ਸਾਲ ਤੇ 9 ਸਾਲ ਦੇ ਸਾਹਿਬਜ਼ਾਦੇ ਨੂੰ ਬੰਨ ਕੇ ਉਹਨਾਂ ਦੇ ਤਨ ਨੰਗੇ ਕਰਕੇ ਉਹਨਾਂ ਦੇ ਨਾਜ਼ੁਕ ਤਨ ਤੇ ਕੋਰੜੇ ਮਾਰੇ ਜਿਉਂ ਜਿਉਂ ਕੋਰੜੇ ਸਾਹਿਬਜ਼ਾਦਿਆਂ ਦੇ ਨਾਜ਼ੁਕ ਤਨ ਤੇ ਵੱਜਦੇ ਨੇ ਸਾਹਿਬਜ਼ਾਦੇ ਸੀਮ ਹੀ ਕਹਿੰਦੇ ਬੱਚਿਓ ਗਾਉਂਦੇ ਕੀ ਸਾਡਾ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸ਼ਾਮ ਤੱਕ ਕੋਲੇ ਵੱਜਦੇ ਰਹੇ ਸਾਹਿਬਜ਼ਾਦੇ ਦੇ ਹੋਸ਼ ਹੋ ਕੇ ਸਰਦੀ ਦੇ ਉੱਤੇ ਡਿੱਗ ਪਏ ਆਹ ਮੈਂ ਦਵਾਈ ਨਵੀਰਾ ਪੜਾਈ ਗਈ ਸਾਹਿਬਜ਼ਾਦੇ ਹੋਸ਼ ਵਿੱਚ ਆਏ ਵਾਪਸ ਛੰਡੇ ਪੁਰ ਮਾਤਾ ਗੁਰੀ ਜੀ ਕੋਲ ਭੇਜ ਦਿੱਤੇ ਗਏ ਰਾਤ ਆਪਣੀ ਚਾਲੇ ਤੁਰੀ ਜਾ ਰਹੀ ਹੈ ਮਾਤਾ ਜੀ ਚੌਂਕਣਾ ਮਾਰ ਕੇ ਬੈਠੇ ਨੇ ਇੱਕ ਪਾਸੇ ਸਾਧ ਬਾਬਾ ਫਤਿਹ ਸਿੰਘ ਦਾ ਲੱਗਾ ਹੈ ਇੱਕ ਪਾਸੇ ਬਾਬਾ ਜੋਰਾਵਰ ਸਿੰਘ ਜੀ ਦਾ ਦਾਦੀ ਆਪਣਾ ਪੋਤਰਿਆਂ ਦਾ ਲਾਡ ਕਰ ਰਹੀ ਹੈ ਪਤਾ ਹੈ ਕੱਲ ਵਾਲੇ ਸਮੇਂ ਦਾ ਪਤਾ ਹੈ ਕੀ ਬੀਤਣਾ ਪਤਾ ਹੈ ਪੂਰਨ ਬ੍ਰਹਮ ਗਿਆਨੀ ਸਨ ਮਾਤਾ ਗੁਜਰੀ ਦੀ ਕੀ ਕੱਲ ਨੂੰ ਕੀ ਹੋਣਾ ਸਾਰਾ ਪਤਾ ਗੁੱਸਾ ਨਾ ਕਰਿਓ ਦੁਨੀਆਂ ਵਾਲਿਓ ਸਾਡੇ ਸਿੱਖ ਵਿੱਚ ਦੋ ਬ੍ਰਹਮ ਗਿਆਨੀ ਹੋਏ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਤੇ ਬ੍ਰਹਮ ਗਿਆਨੀ ਮਾਤਾ ਗੁਜਰੀ ਜੀ ਤੇ ਅੱਜ ਤੇ ਬ੍ਰਹਮ ਗਿਆਨੀਆਂ ਦਾ ਹਰ ਆ ਗਿਆ ਹੈ ਹਰ ਜਿਹਨੇ ਸਿਰ ਤੇ ਗੋਲ ਪੱਗ ਬੰਨੀ ਹੋਵੇ ਸੱਤ ਕਮੀਜ਼ ਦਾ ਚੋਲਾ ਪਾਇਆ ਹੋਵੇ ਚੂੜੀ ਵਾਲਾ ਪਜਾਮਾ ਪਾਇਆ ਹੋਵੇ ਉਹਨੂੰ ਬ੍ਰਹਮ ਗਿਆਨੀ ਨਾ ਆਖੋ ਉਦਾਂ ਹੀ ਗੁੱਸਾ ਕਰ ਲੈਂਦਾ ਆਖੋ ਪੰਜਵੀਂ ਦਾ ਸਰਟੀਫਿਕੇਟ ਲੈਣਾ ਅੱਜ ਔਖਾ ਹੈ ਮੇਰਾ ਮਿਸ਼ਨ ਹੈ ਜਿਹੜੀ ਮੈਂ ਗੱਲ ਹੁਣ ਕਰਨਾ ਪੰਜਵੀਂ ਦਾ ਸਰਟੀਫਿਕੇਟ ਲੈਣਾ ਪਰ ਬ੍ਰਹਮ ਗਿਆਨੀ ਦਾ ਸਰਟੀਫਿਕੇਟ ਲੈਣ ਲੱਗਿਆ ਮਿੰਟ ਨਹੀਂ ਲੱਗਦਾ ਜਦੋਂ ਮਰਜ਼ੀ ਆਪਣੇ ਨਾਂ ਨਾਲ ਬ੍ਰਹਮ ਗਿਆਨੀ ਲਿਖਾ ਦੇ ਤੇ ਰਹਿੰਦੀ ਖੁੱਲੀ ਕਸ਼ਰ ਪਿਛਲੀਆਂ ਪੂਰੀ ਕਰ ਦਿੰਦੀਆਂ ਅਫਸੋਸ ਗੁਰੂ ਪਾਤਸ਼ਾਹ ਜੀ ਦੀ ਹਾਜ਼ਰੀ ਵਿੱਚ ਕਿਤੇ ਬ੍ਰਹਮ ਗਿਆਨੀ ਹਜੇ ਬੈਠਾ ਹੋਵੇ ਪਹਿਲੀ ਗੱਲ ਅਸੀਂ ਖੰਡ ਪਾਠ ਸਾਹਿਬ ਉਦਾਂ ਕਰਾਉਂਦੇ ਨੀ ਕਿਸੇ ਨਾ ਕਿਸੇ ਆਖੋ ਦੀ ਬਾਬੇ ਦੇ ਆਖੇ ਲਾ ਕੇ ਕਰਾਉਂਦੇ ਹਾਂ ਮਜਬੂਰੀ ਚ ਆਖੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਬਾਬਾ ਪਿੰਡ ਦਾ ਗ੍ਰੰਥੀ ਵਿਚਾਰੇ ਨੂੰ ਖੂੰਜੇ ਲਾ ਦਿੰਦਾ ਖੂੰਜੇ ਉਹ ਕਿੱਦਾਂ ਬਈ ਪਾਠੀ ਮੇਰੇ ਹੀ ਹੋਏ ਆ ਕਿਉਂ ਸੁੱਖ ਨਾ ਸਾਰੇ ਦਾ ਸਾਰਾ ਚੜਾਵਾ ਇਕੱਠਾ ਕਰਕੇ ਡੇਰੇ ਤੇ ਜਾਣਾ ਹੁੰਦਾ ਇਹ ਸ਼ੁੱਧ ਪਾਠ ਕਰਦੇ ਆ ਕਿਉਂ ਜਿਵੇਂ ਸਾਰੀ ਉਮਰ ਲਗਾਤੀ ਗੁਰਦੁਆਰੇ ਚ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਮਹਾਰਾਜ ਦੀ ਹਜ਼ੂਰੀ ਚ ਰਹਿੰਦਾ ਉਹਨੂੰ ਤੇ ਘਰੇ ਬਿਠਾ ਦਿੱਤਾ ਸੀ ਤੇ ਬਾਬੇ ਲੈ ਆਉਂਦੇ ਤੇ ਫਿਰ ਬਾਬੇ ਦਾ ਗੜਬਾਈ ਨਾ ਸਵੇਰੇ ਉੱਠਦਿਆਂ ਸਾਰੀ ਆਖੂਗਾ ਅੱਜ ਬਾਬਾ ਜੀ ਰਾਤੀ ਚੱਜ ਨਾਲ ਸੁੱਤੇ ਨਹੀਂ ਉਹਨਾਂ ਦੀ ਸਿਹਤ ਠੀਕ ਨਹੀਂ ਏਦਾਂ ਕਰਿਓ ਵੀ ਬਾਬਾ ਜੀ ਮੈਂ ਜਿੱਥੇ ਬੈਠੇ ਨਾ ਛੋਟੀ ਜੀ ਚਟਾਈ ਵਿਛਾ ਦਿਓ ਤੇ ਫਿਰ ਬਾਬਾ ਜੀ ਚਟਾਈ ਦੇ ਬੈਠਣਗੇ ਬਾਬੇ ਨੂੰ ਕੱਖ ਨਹੀਂ ਹੋਇਆ ਹੁੰਦਾ ਨਵੰਬਰ 9 ਹੁੰਦਾ ਦਰਅਸਲ ਚ ਆਪਣੇ ਆਪ ਨੂੰ ਹਾਈਲਾਈਟ ਕਰਨਾ ਹੁੰਦਾ ਵੀ ਸਾਰਿਆਂ ਨੂੰ ਪਤਾ ਲੱਗ ਜਾਏ ਵੀ ਆਹ ਜਿਹੜਾ ਬੈਠਾ ਨਾ ਇਹ ਵੀਆਈਪੀ ਆ ਤੇ ਤੁਸੀਂ ਕਸਰ ਪੂਰੀ ਕਿੱਦਾਂ ਕਰਦੀ ਆ ਭੈਜ ਲੈਣਾ ਜਾਂ ਪਾਟਾ ਲੋਟੋ ਤੇ ਮਹਾਰਾਜ ਮੋਰੇ ਤੇ ਬਾਬੇ ਨੂੰ 1100 2100 ਲਫਾਫੇ ਚ ਪਾ ਕੇ ਰੱਖਣਾ
ਤੇ ਜਿੰਨਾ ਚਿਰ ਬਾਬਾ ਪੰਜ ਸੱਤ ਥਾਪੜੇ ਨਾਲ ਦੇ ਲਵੇ ਉਹਨਾਂ ਚਿਰ ਸਾਡੀ ਤਸੱਲੀ ਨਹੀਂ ਹੁੰਦੀ। ਆਖੋ ਸਤਨਾਮ ਸਿਰ ਧਿਆਨ ਦੇ ਮੈਂ ਗੱਲ ਨੂੰ ਅੱਗੇ ਤੋਰਾਂ। ਹੁਣ ਪਤਾ ਹੈ ਉਹਨਾਂ ਦੇ ਸਮੇਂ ਦਾ ਹੱਥ ਫੇਰਦਿਆਂ ਫੇਰਦਿਆਂ ਨਾਲ ਕਰਦਿਆਂ ਕਰਦਿਆਂ ਫਤਿਹ ਸਿੰਘ ਲਾਗੀ ਨੂੰ ਜਵਾਬ ਕਿਉਂ ਲਾ ਕੇ ਤੁਹਾਨੂੰ ਦੇਖਦੇ ਮਿਲੇ ਸਾਡੇ ਪੂਰ ਰੰਗ ਸਾ ਰੰਗ ਮਾਏ ਸਿਧਾਂਤ ਨੂੰ ਪਾਲਣੇ ਦਾ ਪੰਜਵੇਂ ਗੁਰੂ ਨੇ ਦੱਸਿਆ ਢੰਗ ਮਾਏ ਸਾਨੂੰ ਉਮਰ ਦੇ ਜਾਣ ਛੋਟੇ ਨੀ ਦਾਦੀ ਮੈਂ ਜਾਣ ਛੋਟੇ ਹੋ ਸਾਨੂੰ ਉਮਰ ਦੇ ਵਿੱਚ ਨਾ ਜਾਣ ਛੋਟੇ ਖੁੱਲ ਖਿਲੇ ਨਾ ਦਿਲ ਦੇ ਤੰਗ ਮਾਏ ਅਸੀਂ ਪੋਤਾ ਪਿਤਾ ਦਾ ਚਮੇ ਕਦੀ ਦੇ ਪਾਤਸ਼ਾਹ ਸਾਡੇ ਸੰਗ ਮਾਏ ਨੌਵੇਂ ਪਾਤਸ਼ਾਹ ਸਾਡੇ ਸੰਗ ਮਾਏ ਖੁਨੀ ਸ਼ੇਰ ਦੇ ਹੋ ਗਈ ਸੂਰਜ ਰੋਜ਼ ਚੜ੍ਹਦਾ ਹੈ ਕੁਲਾਲ ਸਾਹਿਬ ਤੇ ਹਨੇਰੇ ਦੀ ਕੁੱਪ ਚ ਗੁੰਮ ਹੋ ਜਾਂਦਾ ਹੈ ਪਰ ਜਿਹੜਾ ਸੂਰਜ ਅੱਜ ਚੜੇਗਾ ਨਾ ਜਦ ਤੱਕ ਦੁਨੀਆ ਰਹੇਗੀ ਇਸ ਸੂਰਜ ਦੀ ਲਾਲੀ ਨੂੰ ਕੋਈ ਖਤਮ ਨਹੀਂ ਕਰ ਸਕੇਗਾ ਕਿਉਂ ਕਿਉਂਕਿ ਇਹਦੀ ਲਾਲੀ 7 ਸਾਲ ਤੇ 9 ਸਾਲ ਦੇ ਸਾਹਿਬਜ਼ਾਦਿਆਂ ਦੀ ਚਰਬੀ ਚੋਂ ਪੈਦਾ ਸਿਪਾਹੀ ਆਏ ਬੁਰਜਤ ਨੇ ਖੜੋ ਕੇ ਆਵਾਜ਼ ਮਾਰੀ ਦਾਦੀ ਅਸੀਂ ਸੂਬੇ ਦੇ ਭੇਜੇ ਹੋਏ ਸਿਪਾਹੀ ਹਾਂ ਮਾਂ ਤੇਰੇ ਪੋਤਿਆਂ ਨੂੰ ਲੈਣ ਆਏ ਹਾਂ ਮਾਂ ਆਪਣੇ ਪੋਤਿਆਂ ਨੂੰ ਤਿਆਰ ਕਰ ਮਾਂ ਸਾਨੂੰ ਪਤਾ ਹੈ ਕੱਲ ਤੇਰੇ ਪੋਤਿਆਂ ਉੱਤੇ ਬੜਾ ਤਸ਼ੱਦਦ ਹੋਇਆ ਹੈ ਸਾਰੀ ਰਾਤ ਸਰਹੰਦ ਸੁੱਤੀ ਨਹੀਂ ਗਲੀਆਂ ਦੇ ਕੱਖਾਂ ਨੇ ਤਾਹਾਂ ਮਾਰੀਆਂ ਮਾਂ ਕੀ ਕਰੀਏ ਮਜਬੂਰੀ ਵਸ ਆਏ ਹਾਂ ਤਿਆਰ ਕਰ ਆਪਣੇ ਪੋਤਰਿਆਂ ਨੂੰ ਮਾਂ ਅੱਜ ਇਹਨਾਂ ਦੀ ਆਖਰੀ ਪੇਸ਼ਕਸ਼ ਹੈ ਇਹਨਾਂ ਨੇ ਮੁੜ ਕੇ ਤੇਰੇ ਕੋਲ ਰੱਜ ਰੱਜ ਕੇ ਕੁੱਟ ਕੇ ਛਾਤੀ ਨਾਲ ਆ ਲਈ ਜੇ ਇਹਨਾਂ ਨੇ ਦੀਨੇ ਇਸਲਾਮ ਕਬੂਲ ਲਿਆ ਇਹਨਾਂ ਨੂੰ ਹੱਜ ਵਾਸਤੇ ਮੱਕੇ ਨੂੰ ਭੇਜ ਦੇਣਾ ਜੇ ਦੀਨੇ ਇਸਲਾਮ ਨਾ ਕਬੂਲ ਲਿਆ ਛਡਾਏ ਮਾਓ ਅਸੀਂ ਸੂਬੇ ਦੇ ਸਵਾਲ ਤੋਂ ਬਾਅਦ ਮਾਮਾ ਉਹਨੇ ਤੈਨੂੰ ਇਹਨਾਂ ਦੀਆਂ ਲਾਸ਼ਾਂ ਦੇ ਕੋਲ ਵੀ ਨਹੀਂ ਜਾਣ ਰੱਜ ਰੱਜ ਕੇ ਪਿਆਰ ਦਾਦੀ ਕਿੱਥੇ ਵੇਖ ਰਹੇ ਮਾਰੀ ਅੱਛਾ ਵੇਖ ਭਾਈਓ ਪੁੱਤ ਆ ਗਏ ਹੋ ਜੀ ਆਇਆਂ ਨੂੰ ਸਦਕੇ ਆਇਆਂ ਨੂੰ ਵਾਰੀ ਆਇਆਂ ਨੂੰ ਵੇ ਪੁੱਤ ਅੱਜ ਸੱਜ ਸਮਰ ਕੇ ਆਉਣਾ ਸੀ ਅੱਜ ਤੁਸੀਂ ਮੇਰੇ ਪੋਤਿਆਂ ਦੇ ਬਰਾਤੀ ਬਣਨਾ ਜਾਨੀ ਬਣਨਾ ਬੇੜੇ ਹੋ ਮੈਂ ਬਗੈਰ ਹੋਕਾ ਭਰਿਆ ਬਗੈਰ ਅੱਖਾਂ ਚੋਂ ਹੰਝੂ ਕੇਰਿਆ ਆਪਣੇ ਪੋਤਰਿਆਂ ਨੂੰ ਕੌਮ ਦੀ ਚੋਰੀ ਕੌਮ ਦੀ ਚੋਰੀ ਦਾਦੀ ਪੋਤਰਿਆਂ ਨੂੰ ਤਿਆਰ ਕਰ ਰਹੀ ਹੈ ਕਾਦਰੀ ਸਾਹਿਬ ਇਤਿਹਾਸ ਬੋਲਣੇ ਨਾ ਕੋਈ ਸੁਣ ਲਿਆ ਨਾ ਕੋਈ ਔਖ ਆਪਾਂ ਬੁਲਾ ਲਈ ਦਿਮਾਗ ਚ ਕੀ ਬੋਲੀ ਜਾਵਾਂਗੇ 5 ਬਹਿ ਜਾਓ 5 ਲੱਖ ਬਹਿ ਜਾਓ ਅਸੀਂ ਬੋਲੀ ਜਾਵਾਂਗੇ ਸੁਣਨਾ ਕੀ ਔਖਾ ਹੈ ਆਓ ਚੌਂਕੜਾ ਮਾਰੋ ਗੱਤੀ ਕਿਤੇ ਹੋਣ ਲੈ ਜਾਓ ਭਾਈ ਆਖ ਤੂੰ ਠਾਕਰ ਤੋਂ ਪੈ ਅਰਦਾਸ ਉੱਠ ਕੇ ਖੜੇ ਹੋ ਜਾਓ ਜਗਾਲਾ ਛੱਡੋ ਗੁਰੂ ਕਾ ਲੰਗਰ ਚੱਲਦਾ ਹੈ ਛਕੋ ਤੇ ਕਰੋ ਕਲੀ ਚਲੇ ਕੇ ਸੁਣਿਆ ਪਰ ਨਹੀਂ ਹੱਦੇ ਦੀ ਅੱਖਾਂ ਨਾਲ ਇਤਿਹਾਸ ਨੂੰ ਦੇਖ ਕੇ ਬੋਲਣਾ ਹੱਦੇ ਦੀ ਅੱਖਾਂ ਨਾਲ ਇਤਿਹਾਸ ਨੂੰ ਦੇਖ ਕੇ ਸੁਣਨਾ ਬੜਾ ਔਖਾ ਹੈ ਜਰਾ ਲੈ ਕੇ ਚੱਲੋ ਖੈ ਹੱਦੇ ਦੀ ਅੱਖ ਉੱਥੇ ਜਿੱਥੇ ਮਾਤਾ ਗੁਜਰੀ ਜੀ ਆਪਣੇ ਪੋਤਰਿਆਂ ਨੂੰ ਮੌਤ ਨਾਲ ਲੰਘਾਉਣ ਲਈ ਤਿਆਰ ਕਰ ਰਹੀ ਮੌਤ ਨਾਲ ਕੁਝ ਗੱਲਾਂ ਜੀਤੋ ਨਾਲ ਹੋਣਗੀਆਂ
ਜੀਤੋ ਮੈਂ ਭਾਕਾ ਮਾਰੀ ਆਪਣੀ ਨੂੰਹ ਨਾਲ ਚੱਲ ਜੀਤੋ ਮੈਂ ਭਾਕਾ ਮਾਰੀ ਮੈਂ ਕਰਮਾ ਮਾਰੀ ਅੜੀਏ ਮੈਂ ਆਪਣੇ ਪੋਤਰਿਆਂ ਦੇ ਤੇਰੇ ਪੁੱਤਰਾਂ ਦੇ ਸ਼ਬਦ ਕੀ ਕਰਨ ਲੱਗੀ ਆ ਤੇਰੇ ਪੁੱਤ ਮੇਰੇ ਪੋਤੇ ਮੌਤ ਲਾੜੀ ਨੂੰ ਵਿਆਹਣ ਚੱਲੇ ਆ ਅੜੀਏ ਆਹ ਨਾਨਕ ਪਾਤਸ਼ਾਹ ਕੋਲ ਦੋ ਘੜੀਆਂ ਦਾੜੀਆਂ ਲੈ ਕੇ ਆ ਵੇਖ ਤੇਰੇ ਬੱਚਿਆਂ ਦੇ ਜਨੂਰ ਕਿੰਨਾ ਨੂੰ ਖਬਰ ਹੁਣ ਦਾਦੀ ਨੇ ਦਿੱਤਾ ਆਖਰੀ ਪਿਆਰ ਉਸ ਵੇਲੇ ਧਰਤੀ ਚੁੱਪੀ ਹੋਵੇਗੀ ਉਹ ਦੁਨੀਆਂ ਵਾਲੇ ਅਸਮਾਨ ਡੋਲਿਆ ਹੋਵੇਗਾ ਜਦੋਂ ਦਾਦੀ ਨੇ ਆਖਰੀ ਵਾਰ ਮੱਥਾ ਚੁੰਮਿਆ ਹੋਵੇਗਾ ਉਦੋਂ ਨਹੀਂ ਡੋਲੀ ਸੀ ਤੇ ਗੁਜਰੀ ਨਹੀਂ ਸੀ ਜੋਲੀ ਆਖਿਆ ਵਿਸ਼ ਪਾਈਓ ਵੀ ਲੈ ਜਾਓ ਮੇਰੀ ਕੌਮ ਦੀ ਅਮਾਨਤ ਲੈ ਜਾਓ ਲੈ ਜਾਓ ਲੈ ਜਾਓ ਸਿਪਾਹੀਆਂ ਨੇ ਮੋਹਰੇ ਲਾਣਾ ਉਹ ਥੋੜੀ ਦੂਰੋਂ ਬਾਬਾ ਫਤਿਹ ਸਿੰਘ ਵਾਪਸ ਆ ਗਿਆ ਹੈ ਦਾਦੀ ਨੇ ਪਹਿਲਾਂ ਜ਼ਮੀਨ ਨਿਕਲ ਗਈ ਵੇ ਫਤਿਹ ਸ਼ੇਰ ਕੀ ਕਰ ਦਿੱਤਾ ਵੇ ਮੌਤ ਤੋਂ ਡਰ ਗਿਆ ਨਹੀਂ ਦਾਦੀ ਨਹੀਂ ਤੈਨੂੰ ਇਸ ਖੂਨ ਤੇ ਸ਼ੱਕ ਪੈ ਗਿਆ ਇਹ ਖੂਨ ਪੰਜਵੇਂ ਪਾਤਸ਼ਾਹ ਦਾ ਖੂਨ ਇਹ ਖੂਨ ਨਵੇਂ ਪਾਤਸ਼ਾਹ ਦਾ ਖੂਨ ਇਹ ਮੌਤ ਤੋਂ ਨਹੀਂ ਡਰਦਾ ਤੇ ਪੁੱਤ ਮੁੜਿਆ ਕਿਉਂ ਮਾਂ ਤੇਰੇ ਨਾਲ ਇੱਕ ਗੱਲ ਕਰਨੀ ਭੁੱਲ ਗਿਆ ਸੀ ਵੇ ਪੁੱਤੇ ਇੱਕ ਜਿਹੀ ਹਜ਼ਾਰ ਗੱਲ ਕਰ ਮਾਂ ਸਾਨੂੰ ਨੀ ਪਤਾ ਸਾਡੀ ਚ ਹੋਰ ਮਾਂ ਹੋ ਗਈ ਮਾਂ ਤੇਰੀ ਗੋਦ ਵਿੱਚ ਪੜੇ ਤੂੰ ਬਰਾਇਆ ਤੂੰ ਹਸਾਇਆ ਤੂੰ ਰਵਾਇਆ ਤੂੰ ਖਵਾਇਆ ਖਾਲਸਾ ਜੀ ਬਲਵਾਨ ਵੀਰ ਬੈਠੇ ਹੋ ਫਤਿਹ ਸਿੰਘ ਦੇ ਆਜੋ ਤਿੰਨ ਜਾਂ ਸਾਢੇ ਤਿੰਨ ਵਜੇ ਤੁਸੀਂ ਕਿਉਂਕਿ ਕਈ ਇਤਿਹਾਸਕਾਰ ਤਿੰਨ ਵਜੇ ਮੰਨਦੇ ਨੇ ਕਈ ਸਾਢੇ ਤਿੰਨ ਵਜੇ ਜਦੋਂ ਮਾਤਾ ਜੀਤੋ ਜੀ ਦਾ ਦੇਹਾਂਤ ਹੋ ਗਿਆ ਸੀ ਸੰਸਕਾਰ ਕਰਕੇ ਪਰਿਵਾਰ ਘਰੇ ਆਇਆ ਹੈ ਚੁੱਕਿਆ ਹੋਇਆ ਚੌਪਾ ਸਿੰਘ ਨੇ ਬਾਬਾ ਫਤਿਹ ਸਿੰਘ ਪਿੱਛੜੇ ਤਰ੍ਹਾਂ ਤਰ੍ਹਾਂ ਦੇ ਘਰਾਉਣੇ ਦਿੱਤੇ ਜਾ ਰਹੇ ਹੈ ਫਤਿਹ ਸਿੰਘ ਰੋਈ ਜਾ ਰਿਹਾ ਮੇਰੀ ਮਾਂ ਨੂੰ ਕਿੱਥੇ ਛੱਡਿਆ ਹੋ ਮੇਰੀ ਮਾਂ ਕਿੱਥੇ ਚਲੀ ਗਈ ਨਹੀਂ ਵਿਚਦਾ ਦਾਦੀ ਨੇ ਪੁੱਛ ਚੁੱਕਿਆ ਨਹੀਂ ਵਿਚਦਾ ਆਖਿਆ ਮੇਰੀ ਮਾਂ ਕਿੱਥੇ ਛੱਡਿਆ ਹੋ ਮੇਰੀ ਮਾਂ ਕਿੱਥੇ ਚਲੀ ਗਈ ਦਾਦੀ ਦੇ ਮੂੰਹ ਚੋਂ ਅਚਾਨਕ ਨਿਕਲ ਗਿਆ ਵੇ ਫਤਿਹ ਸਿੰਘ ਤੇਰੀ ਮਾਂ ਸੱਚਖੰਡ ਚਲੀ ਗਈ ਮਾਂ ਮੈਂ ਸੱਚਖੰਡ ਜਾਣਾ ਏ ਫਤਿਹ ਸਿੰਘ ਕੀ ਜਾਣੇ ਸੱਚਖੰਡ ਦੇ ਅਰਥ ਕੀ ਨੇ ਦਾਦੀ ਨੇ ਅਗਾਂਹ ਹੋ ਕੇ ਮੱਥਾ ਚੁੰਮਿਆ ਛਾਤੀ ਨਾਲ ਆਇਆ ਆਖਿਆ ਪੁੱਤ ਤੇਰੀ ਵਾਰੀ ਨਹੀਂ ਮੇਰੀ ਵਾਰੀ ਏ ਪਹਿਲੋਂ ਸੱਚਖੰਡ ਜਾਣ ਦੀ ਮਾਂ ਸਾਨੂੰ ਨੀ ਪਤਾ ਸਾਡੀ ਕੋਈ ਹੋਰ ਮਾਂ ਹੋਵੇਗੀ ਅਸੀਂ ਤੇਰੀ ਗੋਦ ਚ ਪਏ ਹਾਂ ਮਾਂ ਸਾਨੂੰ ਪਤਾ ਹੈ ਅਸੀਂ ਦਾਦਾ ਦੀ ਕੋਲ ਚੱਲੇ ਹਾਂ ਪਤਾ ਇਸ ਗੱਲ ਦਾ ਪਰ ਮਾਂ ਸਾਡਾ ਉੱਥੇ ਜੀ ਨਹੀਂ ਲੱਗਣਾ ਘਰ ਆ ਜਾ ਛੇਤੀ ਆ ਰਹੀ ਮੈਂ ਦੇਰ ਨਾ ਲਈ ਫਿਰ ਮੈਂ ਥੱਕ ਚੁੱਕਿਆ ਅੱਛਾ ਫਤਿਹ ਸਿੰਘ ਤੁਹਾਡੇ ਵਰਗੇ ਕਿੰਨਾ ਨੂੰ ਤੋੜ ਕੇ ਦਾਦੀ ਇੱਥੇ ਰਹਿ ਲੈ ਗਏ ਵਾਅਦਾ ਕੀਤਾ ਮੈਂ ਵੀ ਜਲਦੀ ਆਵਾਂ ਲਾਈ ਸਿਪਾਹੀਆਂ ਨੇ ਮੋਹਰੇ ਚੁੱਪ ਵਰਤ ਗਈ ਛਿੰਤਾ ਛਾ ਗਿਆ ਪਰ ਥੋੜੇ ਸਮੇਂ ਬਾਅਦ ਉਸ ਥੱਲੇਪੁਰ ਚੋਂ ਕਿਸੇ ਦੇ ਗਾਉਣ ਦੀ ਆਵਾਜ਼ ਹੋ ਰਹੀ ਹੈ ਜਿਹੜਾ ਸੁਰ ਸੁਰ ਗਾ ਰਿਹਾ ਹੈ ਤੇ ਕੀ ਗਾਇਆ ਜਾ ਰਿਹਾ ਹੈ।